ਦਲਜੀਤ ਦਸਾਂਝ ਪੰਜਾਬ ਦਾ ਐਡਾ ਵੱਡਾ ਗਦਾਰ ਆ ਨਾ ਇਸ ਤੋਂ ਵੱਡਾ ਗਦਾਰ ਕੋਈ ਹੋ ਹੀ ਨਹੀਂ ਸਕਦਾ ਆ ਪਿੱਛੇ ਜੇ ਮਾਨੀਆਂ ਦੇ ਨੱਚ ਕੇ ਆਇਆ ਦਲਜੀਤ ਦਸਾਂਝ ਸਿੱਖ ਧਰਮ ਦਾ ਵੀ ਇੰਨਾ ਵੱਡਾ ਗਦਾਰ ਆ ਉਸ ਤੋਂ ਵੱਡਾ ਗਦਾਰ ਕੋਈ ਨਹੀਂ ਹੋ ਸਕਦਾ ਉਦਾਂ ਪੱਗ ਬੰਨਦਾ ਆ ਤੇ ਬਾਲ ਕੱਟੇ ਹੋਏ ਆ ਦਲਜੀਤ ਦਸਾਂਝ ਸਾਡੀ ਨੌਜਵਾਨ ਪੀੜੀ ਦਾ ਵੀ ਬਹੁਤ ਵੱਡਾ ਗਦਾਰ ਆ ਅਸੀਂ ਕੀ ਸਿਖਾਵਾਂਗੇ ਆਪਣੇ ਨਿਆਣਿਆਂ ਨੂੰ ਕਿ ਆਹ ਹੁੰਦੇ ਆ ਸਿੱਖ ਕਦੇ ਟੋਪੀ ਲਾ ਲਈ ਕਦੇ ਪੱਗ ਬੰਨ ਲਈ ਤੇ ਕਦੇ ਐਦੀਆਂ ਗੇ ਹੁਣ ਦਲਜੀਤ ਦਸਾਂਝ ਦੀ ਚਮਕੀਲਾ ਮੂਵੀ ਦੇ ਪੋਸਟਰ ਜਾਂ ਫੋਟੋਆਂ ਜਾਂ ਉਸ ਮੂਵੀ ਦੀ ਕੋਈ ਵੀ ਕਲਿੱਪ ਜਦੋਂ ਦੀ ਵੀ ਰਿਲੀਜ਼ ਹੋਈ ਆ ਆਂ ਗੱਲਾਂ ਧਰਮ ਦੇ ਠੇਕੇਦਾਰਾਂ ਵੱਲੋਂ ਕੀਤੀਆਂ ਜਾਂਦੀਆਂ ਮਾਈਕ ਫੜ ਕੇ ਜਿਹੜੇ ਮੇਰੇ ਵਰਗੇ ਵਿਚਾਰੇ ਨੂੰ ਸੋਸ਼ਲ ਮੀਡੀਆ ਤੇ ਕੋਈ ਵੀ ਨਹੀਂ ਜਾਣਦਾ ਆਪਣੀ ਵੀਡੀਓ ਚਲਾਉਣ ਦੇ ਚੱਕਰ ਵਿੱਚ ਕੈਮਰੇ ਸਾਹਮਣੇ ਬੋਲੀ ਜਾਂਦੇ ਆ ਤੇ ਬਹੁਤ ਵੱਡੀ ਗਿਣਤੀ ਵਿੱਚ ਐਦਾਂ ਦੇ ਲੋਕ ਆ ਜਿਨ੍ਹਾਂ ਦੇ ਅੱਲੇ ਪੱਲੇ ਕੱਖ ਹੈ ਹੀ ਨਹੀਂ ਨਾ ਸੋਸ਼ਲ ਮੀਡੀਆ ਤੇ ਆ ਨਾ ਧਰਮ ਦੇ ਠੇਕੇਦਾਰ ਵਾ ਉਹ ਇਹੋ ਜਿਹੀਆਂ ਗੱਲਾਂ ਕਮੈਂਟਾਂ ਵਿੱਚ ਲਿਖੀ ਜਾਂਦੇ ਦਲਜੀਤ ਦੀ ਗੁੱਡੀ ਜਿਵੇਂ ਜਿਵੇਂ ਸਿਖਰਾਂ ਤੇ ਚੜੀ ਜਾਂਦੀ ਆ ਉਹਨੂੰ ਅਲੱਗ-ਅਲੱਗ ਲੋਕਾਂ ਵੱਲੋਂ ਅਲੱਗ-ਅਲੱਗ ਥੱਪੇ ਦਿੱਤੇ ਜਾਂਦੇ ਆ ਪੰਜਾਬੀਆਂ ਵੱਲੋਂ ਗਦਾਰ ਦਾ ਥੱਪਾ ਪੰਜਾਬੋਂ ਬਾਹਰਲੇ ਲੋਕਾਂ ਵੱ ਹੋ ਕੋਨ ਨਮਨਸੇਕ ਇਹ ਥੱਪਾ ਕਿੱਥੋਂ ਆ ਗਿਆ ਇਹ ਚੀਜ਼ ਸਾਡੇ ਵਿੱਚ ਆਈ ਹੀ ਕਿੱਥੋਂ ਕੋਨਾ ਮੋਨਾ ਸਿੱਖ ਜਾਂ ਤਾਂ ਬੰਦਾ ਸਿੱਖ ਹੁੰਦਾ ਆ ਜਾਂ ਫਿਰ ਬੰਦਾ ਸਿੱਖ ਨਹੀਂ ਹੁੰਦਾ ਕੋਨਾ ਮੋਨਾ ਸਿੱਖ ਨਹੀਂ ਹੁੰਦਾ ਗੁਰੂ ਗੋਬਿੰਦ ਸਾਹਿਬ ਨੇ ਕਿਤੇ ਵੀ ਇਹ ਚੀਜ਼ ਨਹੀਂ ਲਿਖੀ ਕਿ ਸਿੱਖ ਧਰਮ ਵਿੱਚ ਇੱਕ ਕੋਨਾ ਮੋਨਾ ਸਿੱਖ ਵੀ ਹੁੰਦਾ ਆ ਕਿਉਂਕਿ ਜਿੱਥੋਂ ਤੱਕ ਮੈਂ ਇਤਿਹਾਸ ਪੜ੍ਹਿਆ ਆ ਸੁਣਿਆ ਆ ਜਾਂ ਸਮਝਿਆ ਆ ਉੱਥੋਂ ਤੱਕ ਮੈਂ ਤਾਂ ਇਹ ਚੀਜ਼ ਕਿਤੇ ਵੀ ਨਹੀਂ ਦੇਖੀ ਕਿ ਗੁਰੂ ਸਾਹਿਬ ਨੇ ਕਿਤੇ ਇਹ ਚੀਜ਼ ਵੀ ਲਿਖੀ ਹੋਵੇ ਕਿ ਭਾਈ ਆ ਹੋ ਗਿਆ ਪੂਰਨ ਸਿੱਖ ਤੇ ਆ ਹੋ ਗਿਆ ਅੱਧਾ ਸਿੱਖ ਤੇ ਆ ਹੋ ਗਿਆ ਕੋਨਾ ਮੋਨਾ ਸਿੱਖ ਗੁਰੂ ਸਾਹਿਬ ਦੇ ਮੁਤਾਬਿਕ ਜਾਂ ਤਾਂ ਕੋਈ ਬੰਦਾ ਸਿੱਖ ਹੁੰਦਾ ਆ ਜਾਂ ਸਿੱਖ ਨਹੀਂ ਹੁੰਦਾ ਸਿੱਖ ਦੀ ਕੋਈ ਦੂਜੀ ਪਰਿਭਾਸ਼ਾ ਉਹਨਾਂ ਨੇ ਕਿਤੇ ਦਿੱਤੀ ਹੀ ਨਹੀਂ ਉਹਨਾਂ ਨੇ ਕਿਤੇ ਨਹੀਂ ਕਿਹਾ ਕਿ ਕੋ ਨਾ ਮੋਨਾ ਸਿੱਖ ਵੀ ਹੁੰਦਾ ਆ ਗੁਰੂ ਸਾਹਿਬ ਤਾਂ ਕੇਸਾ ਧਾਰੀ ਬੰਦੇ ਨੂੰ ਵੀ ਸਿੱਖ ਨਹੀਂ ਮੰंदे ਗੁਰੂ ਸਾਹਿਬ ਤਾਂ ਕੇਸਾ ਧਾਰੀ ਪਲੱਸ ਦਾੜੀ ਵਾਲੇ ਬੰਦੇ ਨੂੰ ਵੀ ਸਿੱਖ ਨਹੀਂ ਮੰंदे ਗੁਰੂ ਸਾਹਿਬ ਤਾਂ ਅਮਰਤ ਸ਼ਕੇ ਬੰਦੇ ਸਿੰਘ ਨੂੰ ਵੀ ਸਿੱਖ ਨਹੀਂ ਮੰंदे ਉਹ ਕਹਿੰਦੇ ਆ ਕਿ ਸਿੱਖ ਹੋਣ ਲਈ ਸਿੱਖ ਹੋਣਾ ਪੈਂਦਾ ਆ ਦਿਖਾਵੇ ਦੀ ਰਹਿਤ ਮਰਿਆਦਾ ਵਾਲਾ ਵੀ ਸਿੱਖ ਨਹੀਂ ਜੋ ਦਿਲੋਂ ਸਿੱਖ ਬਣੂਗਾ ਜੋ ਦਿਲੋਂ ਰਹਿਤ ਮਰਿਆਦਾ ਮੰਨੂਗਾ ਸਿੱਖ ਉਹੀ ਮੰਨਿਆ ਜਾਊਗਾ ਰਹਿਣੀ ਰਹ ਸੋਈ ਸਿੱਖ ਮੇਰਾ ਉਹ ਮੇਰਾ ਸਾਹਿਬ ਮੈਂ ਉਸਕਾ ਚਿਹਰਾ ਰਹਿਤ ਬਿਨਾ ਨਹ ਸੇ ਕਹ ਹਵੈ ਰਹਿਤ ਬਿਨਾ ਦਰ ਚੋਟਾਂ ਖਾਵੈ ਰਹਿਤ ਬਿਨਾ ਸੁਖ ਕਭੂ ਨ ਲਹ ਤਾ ਤੇ ਰਹਿਤ ਸੋ ਦ੍ਰਿੜ ਕਰ ਰਹਾ ਹੈ ਇਹ ਤਾਂ ਸਿਰਫ ਇੱਕ ਸ਼ਬਦ ਬਾ ਗੁਰੂ ਸਾਹਿਬ ਨੇ ਪੂਰਨ ਸਿੱਖ ਹੋਣ ਉੱਤੇ ਦਸਮ ਗ੍ਰੰਥ ਵਿੱਚ ਬਹੁਤ ਗੁਰਬਾਣੀ ਲਿਖੀ ਆ ਬਹੁਤ ਉਦਾਹਰਨਾਂ ਦਿੱਤੀਆਂ ਆ ਪਰ ਉਹਨਾਂ ਨੇ ਕਿਤੇ ਵੀ ਘੋਨੇ ਮੋਨੇ ਸਿੱਖ ਦੀ ਜਾਂ ਘੋਨੇ ਮੋਨੇ ਸਿੱਖ ਹੋਣ ਦੀ ਪਰਿਭਾਸ਼ਾ ਉਦਾਹਰਨ ਜਾਂ ਗੁਰਬਾਣੀ ਨਹੀਂ ਲਿਖੀ ਜਦ ਗੁਰੂ ਸਾਹਿਬ ਕਿਸੇ ਦਾੜੀ ਕੱਟੇ ਬੰਦੇ ਨੂੰ ਸਿੱਖ ਮੰਨਦੇ ਹੀ ਨਹੀਂ ਤਾਂ ਫਿਰ ਦਲਜੀਤ ਦਸਾਂਝ ਪੱਗ ਬੰਨ ਕੇ ਪੱਗ ਲਾ ਕੇ ਵਾਲ ਕੱਟੇ ਜਾਂ ਰੱਖੇ ਉਹਦੇ ਨਾਲ ਕੀ ਫਰਕ ਪੈਂਦਾ ਜਾਂ ਤਾਂ ਦਲਜੀਤ ਦਸਾਂਝ ਨੂੰ ਪੂਰਨ ਸਿੱਖ ਬਣਨ ਲਈ ਕਹੋ ਜਾਂ ਫਿਰ ਅੱਧਾ ਸਿੱਖ ਬਣਨ ਲਈ ਵੀ ਨਾ ਕਹੋ ਇਹ ਤੁਸੀਂ ਆਪਣੇ ਹਿਸਾਬ ਨਾਲ ਨਵੀਂ ਮਰਿਆਦਾ ਕਿੱਥੋਂ ਐਡ ਕਰਤੀ ਆੜੀ ਕਟਾ ਸਕਦਾ ਮੀਟ ਸ਼ਰਾਬ ਸ਼ਰਿਆਮ ਵਿਆਹਾਂ ਵਿੱਚ ਖਾ ਸਕਦਾ ਆ ਸ਼ਰਾਬ ਪੀ ਕੇ ਗਲੀਆਂ ਵਿੱਚ ਡਿੱਗ ਵੀ ਸਕਦਾ ਆ ਪਰ ਪੱਗ ਬਨ ਕੇ ਬੰਦਾ ਵਾਲ ਨਹੀਂ ਕਟਾ ਸਕਦਾ ਠੇਕੇਦਾਰੋ ਜਾਂ ਤਾਂ ਇਹ ਵੀ ਚੀਜ਼ ਲਾਉ ਨਾ ਕਰੋ ਕਿ ਬੰਦਾ ਦਾੜੀ ਮੋਛ ਘੱਟ ਕੇ ਪੱਗ ਬਨ ਸਕਦਾ ਆ ਜਾਂ ਫਿਰ ਇਸ ਚੀਜ਼ ਤੇ ਵੀ ਕਿੰਤੂ ਪਰੰਤੂ ਨਾ ਕਰੋ ਕਿ ਬੰਦੇ ਨੇ ਪੱਗ ਬਨ ਕੇ ਕੇਸ ਰੱਖੇ ਆ ਜਾਂ ਨਹੀਂ ਰੱਖੇ ਠੇਕੇਦਾਰੋ ਗਦਾਰ ਦਲਜੀਤ ਦੂਸਾਂਜ ਨਹੀਂ ਗਦਾਰ ਤੁਸੀਂ ਹੋ ਕਿਉਂਕਿ ਤੁਸੀਂ ਸਿੱਖ ਧਰਮ ਵਿੱਚ ਇੱਕ ਨਵੀਂ ਰਹਿਤ ਮਰਿਆਦਾ ਲੈ ਕੇ ਆ ਗਏ ਅੱਧੇ ਸਿੱਖ ਵਾਲੀ ਤੁਸੀਂ ਸਿੱਖ ਧਰਮ ਵਿੱਚ ਇੱਕ ਨਵਾਂ ਹੀ ਕਨਸੈਪਟ ਲੈ ਆਂਦਾ ਮੋਨੇ ਸਿੱਖ ਵਾਲਾ ਉਦਾਂ ਤਾਂ ਤੁਸੀਂ ਕਹਿੰਦੇ ਆ ਕਿ ਦਲਜੀਤ ਨੇ ਪੱਗ ਬਨ ਕੇ ਵਾਲ ਕਟਾਏ ਹੋਏ ਆ ਤੇ ਇਹ ਗਦਾਰਵਾ ਫਿਰ ਉਹਨਾਂ ਸਿੱਖਾਂ ਦਾ ਸੀ ਕੀ ਕਰੀਏ ਜਿਨ੍ਹਾਂ ਨੇ ਅੰਮ ਸਰੀ ਸਭ ਕਿੱਲੀ ਤੇ ਟੰਗ ਲੰਦੇ ਆ ਤੇ ਸਵੇਰ ਨੂੰ ਨਹਾ ਕੇ ਫੇਰ ਪਾ ਲੰਦੇ ਆ ਉਹ ਠੀਕ ਆ ਫੇਰ ਅਸੀਂ ਉਹਨਾਂ ਸਿੱਖਾਂ ਦਾ ਕੀ ਕਰੀਏ ਜਿਨ੍ਹਾਂ ਨੇ ਅਮਰਤਾ ਛਕਿਆ ਹੋਇਆ ਪਰ ਦਾੜੀਆਂ ਨੂੰ ਕੁੰਡਲ ਪਾਉਂਦੇ ਆ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਲਾ ਕੇ ਜਲਾ ਕੇ ਉਹਨਾਂ ਨੂੰ ਛੋਟੀਆਂ ਦਿਖਾਉਂਦੇ ਆ ਜੇਕਰ ਤੁਸੀਂ ਕੁੰਡਲ ਪਵਾਣ ਵਾਲੇ ਬੰਦੇ ਨੂੰ ਰਹਿਤ ਮਰਿਆਦਾ ਵਿੱਚ ਐਡ ਕਰੀ ਜਾ ਰਹੇ ਹੋ ਤਾਂ ਕੱਲ ਨੂੰ ਤਾਂ ਕੋਈ ਇਹ ਵੀ ਉੱਠ ਕੇ ਕਹੂਗਾ ਕਿ ਭਾਈ ਮੈਂ ਦਾੜੀ ਕੱਟਦਾ ਨਹੀਂ ਮੈਂ ਤਾਂ ਜਲਾ ਕੇ ਛੂਟੀ ਕਰਦਾ ਫਿਰ ਉੱਥੇ ਤੁਸੀਂ ਕੀ ਜਵਾਬ ਦੋਗੇ ਕਾਨੂੰਨ ਇੱਕ ਰੱਖੋ ਜਿਹੜਾ ਗੁਰੂ ਸਾਹਿਬ ਵੱਲੋਂ ਲਿਖਿਆ ਗਿਆ ਹੈ ਕਿਉਂਕਿ ਗੁਰੂ ਸਾਹਿਬ ਨੇ ਸਿਰਫ ਇਹ ਹੀ ਨਹੀਂ ਕਿਹਾ ਕਿ ਆਪਣੇ ਰੋਮ ਜਾਂ ਕੇਸ ਕੱਟਣੇ ਨਹੀਂ ਉਹਨਾਂ ਨੇ ਇਹ ਕਿਹਾ ਕੇਸਾਂ ਜਾਂ ਰੋਮਾਂ ਦੀ ਬੇਦਬੀ ਨਹੀਂ ਕਰਨੀ ਤੁਹਾਡੇ ਕੇਸ ਅਤੇ ਦਾੜਾ ਬਿਲਕੁਲ ਓਵੇਂ ਹੋਣਾ ਚਾਹੀਦਾ ਜਿਵੇਂ ਤੁਹਾਨੂੰ ਅਕਾਲ ਪੁਰਖ ਨੇ ਭੇਜਿਆ ਆ ਪ੍ਰਕਾਸ਼ ਹੋਣਾ ਚਾਹੀਦਾ ਉਹਨੂੰ ਮਰੋੜ ਮਰੋੜ ਕੇ ਬੰਨ ਕੇ ਛੋਟਾ ਨਹੀਂ ਕਰਨਾ ਜਾਂ ਉਹਨੂੰ ਕੁੰਡਲ ਨੂੰ ਖੁੱਲ੍ਹਾਈ ਛੱਡਣਾ ਮੈਨੂੰ ਪਤਾ ਕਿ ਮੇਰੀ ਆਵਲੀ ਵੀਡੀਓ ਤੋਂ ਬਾਅਦ ਬੜਿਆਂ ਨੂੰ ਮਿਰਚਾਂ ਲੱਗਣੀਆਂ ਬੜਿਆਂ ਨੇ ਪੁੱਠਾ ਸਿੱਧਾ ਵੀ ਬੋਲਣਾ ਪਰ ਬੋਲਣਾ ਤਾਂ ਪਊਗਾ ਕਿਉਂਕਿ ਨਹੀਂ ਤਾਂ ਇਹ ਤਾਂ ਆਪਣੇ ਆਪ ਹੀ ਆਪਣੇ ਹਿਸਾਬ ਨਾਲ ਸਿੱਖ ਧਰਮ ਵਿੱਚ ਨਵੀਂ ਰਹਿਤ ਮਰਿਆਦਾ ਅਤੇ ਨਵਾਂ ਹੀ ਬ੍ਰਾਹਮਣ ਬਾਦ ਸਾਡੇ ਸਿਰ ਥੋਪੀ ਜਾਊਗੇ ਅਸੀਂ ਕੀ ਕਰਾਂਗੇ ਗੱਲ ਨੂੰ ਹੁਣ ਇੱਕ ਟਾਈਮ ਤੇ ਮੈਂ ਵੀ ਸਿੱਖ ਸਰਦਾਰ ਬੰਦਾ ਸੀ ਪਰ ਜੇ ਉਸ ਵੇਲੇ ਮੈਨੂੰ ਲੱਗਿਆ ਕਿ ਮੈਂ ਇਸ ਰਾਹ ਉੱਤੇ ਨਹੀਂ ਚੱਲ ਸਕਦਾ ਮੇਰੇ ਵਿੱਚ ਇੰਨੀ ਸ਼ਮਤਾ ਨਹੀਂ ਕਿ ਮੈਂ ਗੁਰੂ ਸਾਹਿਬ ਦੇ ਰਾਹ ਉੱਤੇ ਚੱਲਾਂ ਕਿਉਂਕਿ ਮੈਨੂੰ ਪਤਾ ਸੀ ਮੈਂ ਦਾੜੀ ਮੋਛਰ ਰੱਖ ਕੇ ਮੀਟ ਸ਼ਰਾਬਾਂ ਅੰਡੇ ਨਹੀਂ ਖਾਣੇ ਮੈਂ ਦਾੜੀ ਮੋਛਰ ਰੱਖ ਕੇ ਝੂਠ ਨਹੀਂ ਬੋਲਣਾ ਮੈਂ ਦਾੜੀ ਮੋਛਰ ਰੱਖ ਕੇ ਕਿਸੇ ਦਾ ਹੱਕ ਨਹੀਂ ਮਾਰਨਾ ਮੈਂ ਦਾੜੀ ਮੋਛਰ ਰੱਖ ਕੇ ਰਹਿਤ ਮਰਿਆਦਾ ਨਹੀਂ ਤੋੜਨੀ ਮੈਂ ਦਾੜੀ ਮੋਛਰ ਰੱਖ ਕੇ ਸਿੱਖ ਧਰਮ ਵਿੱਚ ਅੱਧਾ ਸਿੱਖ ਨਹੀਂ ਬਣਨਾ ਜਾਂ ਤਾਂ ਮੈਂ ਸਿੱਖ ਹਾਂ ਜਾਂ ਮੈਂ ਸਿੱਖ ਨਹੀਂ ਹਾਂ ਸਿੱਖ ਇੱਕ ਹੁੰਦਾ ਆ ਸਿੱਖ ਦੀਆਂ ਦੋ ਪ੍ਰਭਾਸ਼ਾ ਨਹੀਂ ਹੁੰਦੀਆਂ ਸੋ ਇਸ ਕਰਕੇ ਜਾਂ ਤਾਂ ਤੁਸੀਂ ਇਹ ਵਾਲੀ ਅਨਾਊਂਸਮੈਂਟ ਕਰੋ ਕਿ ਕੋਈ ਵੀ ਬੰਦਾ ਜਿਨੇ ਦਾੜੀ ਮੋਛ ਨਹੀਂ ਰੱਖੀ ਹੋਈ ਕੇਸ ਨਹੀਂ ਰੱਖੇ ਹੋਏ ਉਹ ਓਮੇ ਵੀ ਪੱਗ ਨਹੀਂ ਬਨ ਸਕਦਾ ਜਾਂ ਫਿਰ ਇਸ ਗੱਲ ਤੇ ਵੀ ਇਤਰਾ ਹੋਰ ਬਥੇਰੇ ਬੰਦੇ ਆ ਮੇਰੇ ਵਰਗਾ ਵੀ ਉੱਠ ਕੇ ਪੱਗ ਬੰਨ ਲੈਂਦਾ ਆ ਫਿਰ ਲਾਹ ਦਿੰਦਾ ਆ ਕਦੇ ਵਾਲਾਂ ਨੂੰ ਜੈਲ ਲਾ ਲੰਦਾ ਫਿਰ ਦਿਲਜੀਤ ਇਹ ਚੀਜ਼ ਕਿਉਂ ਥੋਪੀ ਜਾਂਦੀ ਆ ਕਿ ਭਾਈ ਤੂੰ ਕਦੇ ਪੱਗ ਬੰਨ ਲੰਨਾ ਕਦੇ ਮੋਨਾ ਹੋ ਜਾਣਾ ਕਦੇ ਤੂੰ ਮੋਨੇ ਸਿਰ ਪੱਗ ਬੰਨ ਲੰਨਾ ਹੋਰ ਵੀ ਬਥੇਰੇ ਤੁਰੇ ਫਿਰਦੇ ਜਿਹੜੇ ਮੋਨੇ ਸਿਰ ਪੱਗ ਬੰਨਦੇ ਸੋ ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਸੋਚਦੇ ਪਏ ਹੋ ਆਪਣੀ رائے ਅਤੇ ਆਪਣੀਆਂ ਗਾਲਾਂ ਕਮੈਂਟਾਂ ਦੇ ਰੂਪ ਵਿੱਚ ਜਰੂਰ ਛੱਡਿਓ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ ਹੋਰ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਕਲਿੱਕ ਜਰੂਰ ਕਰਿਓ ਧੰਨਵਾਦ